ਸਤਿਗੁਰੂ ਜੀ ਸਾਰਿਆਂ ਨੂੰ ਹੈਲੋ ਕੀ ਹਾਲ ਆ ਤੁਹਾਡਾ ਸਾਰਿਆਂ ਦਾ ਮੈਨੂੰ ਉਮੀਦ ਆ ਤੁਸੀਂ ਆਪਦੇ ਘਰੇ ਠੀਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਜਿਹਦਾ ਨਾਮ ਹੈ ਐਨੀਥਿੰਕ ਇੱਥੇ ਆਪਾਂ ਰੋਜ਼ ਹੀ ਕੋਈ ਨਾ ਕੋਈ ਨਵੀਆਂ ਵੀਡੀਓਸ ਲੈ ਕੇ ਆਉਂਦੇ ਹਾਂ ਇੰਟਰਸਟਿੰਗ ਵੀਡੀਓਸ ਲੈ ਕੇ ਆਉਂਦੇ ਹਾਂ ਜਿਹਦੇ ਵਿੱਚ ਬਹੁਤ ਯੂਨੀਕ ਚੀਜ਼ਾਂ ਬਾਰੇ ਗੱਲ ਕੀਤੀ ਜਾਂਦੀ ਆ ਤੇ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਇਨਫੋਰਮੇਸ਼ਨ ਘੜੀਆਂ ਦੇ ਬਾਰੇ ਵਾਚਿਸ ਦੇ ਬਾਰੇ ਇਹਦੇ ਵਿੱਚ ਆਪਾਂ ਤੁਹਾਨੂੰ ਕੁੱਲ 10 ਘੜੀਆਂ ਬਾਰੇ ਦੱਸਾਂਗੇ ਜਿਹੜੀਆਂ ਪੂਰੇ ਸੰਸਾਰ ਦੇ ਵਿੱਚ ਸਭ ਤੋਂ ਮਹਿੰਗੀਆਂ ਘੜੀਆਂ ਆਪਾਂ 10ਵੇਂ ਨੰਬਰ ਤੋਂ ਲੈ ਕੇ ਪਹਿਲੇ ਨੰਬਰ ਤੱਕ ਜਾਵਾਂਗੇ ਵੀ ਸਸਤੀ ਤੋਂ ਘੜੀ ਤੋਂ ਲੈ ਕੇ ਮਹਿੰਗੀ ਘੜੀ ਤੱਕ ਜਾਵਾਂਗੇ ਤੇ ਸ਼ੁਰੂ ਕਰਦੇ ਹਾਂ ਆਪਾਂ ਵੀਡੀਓ ਬਿਨਾਂ ਕਿਸੇ ਟਾਈਮ ਦੀ ਵੇਸਟੇਜ। 10ਵੇਂ ਨੰਬਰ ਤੇ ਘੜੀ ਆਉਂਦੀ ਹੈ ਜੀ ਇੱਕ ਹੁਬਲੋਟ ਬਿਗ ਬੈਂਗ ਦੇ ਨਾਂ ਤੋਂ ਇੱਕ ਇਹੋ ਜਿਹੀ ਕੰਪਨੀ ਹੈ ਘੜੀਆਂ ਦੀ ਜਿਹਦੇ ਵਿੱਚ ਬਹੁਤ ਮਹਿੰਗੀਆਂ ਘੜੀਆਂ ਬਣਾਈਆਂ ਜਾਂਦੀਆਂ ਪ੍ਰੀਮੀਅਮ ਘੜੀਆਂ ਬਣਾਈਆਂ ਜਾਂਦੀਆਂ ਇਹਨਾਂ ਦੀ ਇੱਕ ਸਭ ਤੋਂ ਮਹਿੰਗੀ ਘੜੀ ਆ ਹੁਬਲੋਟ ਬਿਗ ਬੈਂਗ ਨਾਂ ਤੋਂ ਤੇ ਇਹ ਘੜੀ ਦਾ ਰੇਟ ਹੈਗਾ ਜੀ $5 million ਤੇ ਜੇ ਆਪਾਂ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤੇ ਅਪਰੋਕਸੀਮੇਟਲੀ 38 crore ਆ ਜਾਂਦਾ ਵੀ ਥੋੜ੍ਹਾ ਜਿਹਾ ਘੱਟ ਹੁੰਦਾ 38 crore ਤੋਂ ਪਰ ਅਪਰੋਕਸੀਮੇਟਲੀ 38 crore rupees ਆ ਜਾਂਦੇ ਇਹ। 9ਵੇਂ ਨੰਬਰ ਤੇ ਜੋ ਘੜੀ ਆਉਂਦੀ ਆ ਉਹਦਾ ਨਾਂ ਹੈਗਾ ਵੈਕਰੋਨ ਕੌਂਸਟੈਂਟਿਨ ਤੇ ਇਹਦਾ ਰੈਫਰੈਂਸ ਕੋਡ ਹੈਗਾ ਜੀ 57260 ਤੇ ਇਹ ਘੜੀ ਦਾ ਸੀਰੀਅਲ ਨੰਬਰ ਆ ਤੇ ਇਹ ਘੜੀ ਉਹ ਤੋਂ ਥੋੜ੍ਹੀ ਮਹਿੰਗੀ ਆ ਇਹ ਹੈਗੀ ਆ $8 million ਦੀ ਜੇ ਇਹਨੂੰ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤੇ ਇਹ ਆ ਜਾਂਦੀ ਹੈ 60 crore 57 lakh rupees। 8ਵੇਂ ਨੰਬਰ 'ਤੇ ਘੜੀ ਆਉਂਦੀ ਹੈ ਜਿਹੜੀ ਉਹਦਾ ਨਾਮ ਹੈਗਾ ਪਾਟਿਕ ਫਿਲਿਪ ਦੀ ਅਤੇ ਇਹਦਾ ਰੈਫਰੈਂਸ ਕੋਡ ਹੈਗਾ ਜੀ 1580 ਇਹ ਇਹਦੀ ਪ੍ਰਾਈਸ ਹੈਗੀ ਹੈ $11.1 million ਜਿਹਨੂੰ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ 83 crore 27 lakh rupees ਆ ਜਾਂਦੇ ਆ ਕਰੰਟ ਪ੍ਰਾਈਸ ਦੇ ਹਿਸਾਬ ਨਾਲ ਅਤੇ ਇਹ ਇਹ ਬਹੁਤ ਮਹਿੰਗੀ ਘੜੀ ਆ ਪਿਛਲੀ ਘੜੀ ਨਾਲੋਂ ਮਹਿੰਗੀ ਘੜੀ ਆ। 7ਵੇਂ ਨੰਬਰ 'ਤੇ ਆਉਂਦੇ ਜੀ ਉਹਦਾ ਨਾਮ ਹੈਗਾ ਪੌਲ ਨਿਊਮੈਨਸ ਰੋਲੈਕਸ ਡੇਟੋਨਾ ਇਹ ਘੜੀ ਦਾ ਨਾਮ ਥੋੜ੍ਹਾ ਜਿੰਨਾ ਅਜੀਬ ਆ ਉਨਾ ਹੀ ਇਹਦਾ ਪ੍ਰਾਈਸ ਵੱਧਦਾ ਜੀ ਅਤੇ ਇਹ ਕਿਉਂ ਵੱਧਦਾ ਪ੍ਰਾਈਸ ਇਹਨਾਂ ਦੇ ਹੀਰੇ ਡਾਇਮੰਡ ਜਿਹੜੇ ਹੁੰਦੇ ਆ ਮੈਟਲ ਪ੍ਰੀਮੀਅਮ ਲਾਈ ਹੁੰਦੀ ਹੈ ਇਸ ਕਰਕੇ ਇਹਨਾਂ ਦਾ ਪ੍ਰਾਈਸ ਵਧੀ ਜਾਂਦਾ। ਇਸ ਘੜੀ ਦਾ ਪ੍ਰਾਈਸ ਹੈਗਾ ਜੀ ਇੰਟਰਨੈਸ਼ਨਲੀ $17.8 million ਅਤੇ ਜੇ ਆਪਾਂ ਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਉਹ ਬਣ ਜਾਂਦਾ ਤਕਰੀਬਨ 135 crore rupees ਬਣ ਜਾਂਦਾ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਬਹੁਤ ਹੀ ਵੱਡੀ ਰਕਮ ਆ ਇੱਕ ਘੜੀ ਵਾਸਤੇ। ਦੀ ਅਗਲੀ ਵਾਚ ਚੱਲ ਅਤੇ ਜਿਹੜੀ ਆਪਣੀ ਅਗਲੀ ਵਾਚ ਆਉਂਦੀ 6ਵੇਂ ਨੰਬਰ 'ਤੇ ਅਤੇ ਉਸ ਕੰਪਨੀ ਦਾ ਨਾਮ ਹੈਗਾ ਜੈਕੋਬ ਐਂਡ 4 Billionaire ਵਾਚਿਸ ਇਹ ਵੀ ਇੱਕ ਬਹੁਤ ਐਕਸਪੈਂਸਿਵ ਘੜੀ ਆ ਪਿਛਲੀ ਘੜੀ ਨਾਲੋਂ ਰੇਟ ਇਹਨਾਂ ਦਾ ਵੱਧਦਾ ਜਾਂਦਾ ਅਤੇ ਇਹ ਇੱਕ ਪ੍ਰੀਮੀਅਮ ਵਾਚ ਬ੍ਰਾਂਡ ਆ ਇਸ ਘੜੀ ਦੀ ਇੰਟਰਨੈਸ਼ਨਲ ਪ੍ਰਾਈਸ ਹੈਗੀ ਆ $18 million ਅਤੇ ਜੇ ਆਪਾਂ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਇਹਦੀ ਕੀਮਤ ਬਣ ਜਾਂਦੀ ਹੈ 136 crore 25 lakh rupees ₹136.25 crore ਬਣ ਜਾਂਦੀ ਆ ਇਹ ਵੀ ਇੱਕ ਬਹੁਤ ਵੱਡੀ ਕੀਮਤ ਆ ਇੱਕ ਘੜੀ ਵਾਸਤੇ। ਅਤੇ ਆਪਾਂ ਆਪਦੀ ਅਗਲੀ ਘੜੀ ਆ ਜਿਹੜੀ 5ਵੇਂ ਨੰਬਰ 'ਤੇ ਘੜੀ ਆਉਂਦੀ ਆ ਉਹ ਵੀ ਇੱਕ ਬ੍ਰਾਂਡ ਪ੍ਰੀਮੀਅਮ ਬ੍ਰਾਂਡ ਵੱਲੋਂ ਆਉਂਦੀ ਜਿਹਦੀ ਘੜੀ ਇੱਕ ਆਪਾਂ ਪਹਿਲਾਂ ਵੀ ਦੇਖ ਚੁੱਕੇ ਹਾਂ ਪਾਟਿਕ ਫਿਲਿਪ ਵੀ ਸੁਪਰ ਕੰਪਲੀਕੇਸ਼ਨ ਦੇ ਨਾਂ 'ਤੇ ਇੱਕ ਘੜੀ ਆਉਂਦੀ ਆ ਅਤੇ ਇਹ ਵੀ ਬਹੁਤ ਮਹਿੰਗੀ ਘੜੀ ਆ ਇੱਕ ਆਮ ਲੋਕਾਂ ਵਾਸਤੇ ਇਹਦਾ ਪ੍ਰਾਈਸ ਜੇ ਤੁਹਾਨੂੰ ਦੱਸਿਆ ਜਾਵੇ ਤਾਂ ਇੰਟਰਨੈਸ਼ਨਲੀ ਇਹਦਾ ਪ੍ਰਾਈਸ ਬਹੁਤ ਜ਼ਿਆਦਾ ਜੇ ਆਪਾਂ ਇਹਦੀ ਪ੍ਰਾਈਸ ਬਾਰੇ ਗੱਲ ਕਰੀਏ ਤਾਂ ਇੰਟਰਨੈਸ਼ਨਲੀ ਇਹਦਾ ਪ੍ਰਾਈਸ ਹੈਗਾ ਜੀ $24 million ਅਤੇ ਪਰ ਜੇ ਆਪਾਂ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ਇਹ ਅਪਰੋਕਸੀਮੇਟਲੀ 182 crore rupees ਬਣ ਜਾਂਦੇ ਆ ਅਪਰੋਕਸੀਮੇਟਲੀ ਅਤੇ ਜੇ ਆਪਾਂ ਐਕੂਰੇਟ ਲਾਈਏ ਤਾਂ 181 crore 67 lakh rupees ਬਣ ਜਾਂਦੇ ਆ ਕੋਈ ਨਿੱਕੀ ਮੋਟੀ ਰਕਮ ਨਹੀਂ ਹੈ ਇੱਕ ਘੜੀ ਵਾਸਤੇ ਬਹੁਤ ਮਹਿੰਗੀ ਘੜੀ ਆ ਇੱਕ। ਆਪਾਂ ਆਪਦੀ ਅਗਲੀ ਘੜੀ ਵੱਲ ਜਿਹੜੀ 4ਵੇਂ ਨੰਬਰ 'ਤੇ ਘੜੀ ਆਉਂਦੀ ਆ ਇਹ ਵੀ ਇੱਕ ਪ੍ਰੀਮੀਅਮ ਵਾਚਿਸ ਬਣਾਉਂਦੀ ਹੈ ਘੜੀ ਅਤੇ ਇਹਨਾਂ ਦੀਆਂ ਘੜੀਆਂ ਵੀ ਬਹੁਤ ਮਹਿੰਗੀਆਂ ਆਉਂਦੀਆਂ ਇਸ ਕੰਪਨੀ ਦਾ ਨਾਂ ਹੈਗਾ ਕੋਬਾਰਡ 201 Carat ਵਾਚਿਸ ਇਹ ਵੀ ਇੱਕ ਬਹੁਤ ਮਹਿੰਗੀ ਘੜੀ ਆ ਇਸ ਘੜੀ ਦੀ ਇੰਟਰਨੈਸ਼ਨਲ ਕੀਮਤ ਹੈਗੀ $25 million ਅਤੇ ਜੇ ਆਪਾਂ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੀਏ ਤਾਂ ₹190 crore ਬਣ ਜਾਂਦਾ ਇਹ 190 crore ਸੋਚ ਕੇ ਦੇਖਣ ਵਾਲੀ ਗੱਲ ਆ ਬਹੁਤ ਵੱਡੀ ਰਕਮ ਆ ਕਈਆਂ ਵਾਸਤੇ ਤਾਂ ਇਹ ਸੁਪਨਾ ਹੀ ਹੁੰਦਾ ਵੀ ਇੰਨੇ ਕੁ ਪੈਸੇ ਕਮਾਉਣੇ ਅਤੇ ਕਈ ਇੰਨੇ ਪੈਸੇ ਦੀਆਂ ਸਿਰਫ ਘੜੀਆਂ ਹੀ ਬਣਦੇ ਆ ਸੋਚ ਕੇ ਦੇਖੋ ਅਤੇ ਬਹੁਤ ਹੀ ਹੈਰਾਨੀ ਵਾਲੀ ਗੱਲ ਆ ਇਹ ਘੜੀਆਂ ਬਣਨ ਦਾ ਗੌਣ ਹੁੰਦਾ। ਆਪਦੀ ਅਗਲੀ ਘੜੀ ਵੱਲ ਅਗਲੀ ਵਾਚ ਵੱਲ ਜਿਹੜੀ 3ਜੇ ਨੰਬਰ 'ਤੇ ਵਾਚ ਆਉਂਦੀ ਆ ਉਹ ਆਉਂਦੀ ਹੈ ਬ੍ਰੈਕਟ ਵੱਲੋਂ ਅਤੇ ਇਹਦਾ ਨੰਬਰ ਹੈਗਾ 160 ਅਤੇ ਤੁਸੀਂ ਸਰਚ ਕਰਨਾ ਹੋਵੇ ਲਿਖਣਾ ਪਊਗਾ ਬ੍ਰੈਕਟ ਨੰਬਰ 160 ਤੁਹਾਡੇ ਸਾਹਮਣੇ ਵਾਚ ਆ ਜੂਗੀ। ਇਹਦੀ ਇੰਟਰਨੈਸ਼ਨਲ ਪ੍ਰਾਈਸਿੰਗ ਹੈਗੀ ਹੈ $30 million ਜੇ ਤੁਸੀਂ ਇਹਨੂੰ ਇੰਡੀਅਨ ਕਰੰਸੀ ਦੇ ਵਿੱਚ ਕਨਵਰਟ ਕਰੋਗੇ ਤਾਂ ਇਹਦੀ ਕੀਮਤ ਬਣ ਜੂਗੀ 228 crore।
228 करोड़ रकम बहुत वड्डी रकम होंदी है एक घड़ी वास्ते। ते वेखना की हुंदा, एक आप घड़ी तो सिर्फ टाइम वेखना हुंदा, उस तो बाद आपां नूं कोई काम नहीं हुंदा घड़ी तो। ते एक ये है भी एक सिंपल घड़ी भी, मतलब कोई ज़्यादा इहदे विच टेक्नोलॉजी है नहीं गी, सिर्फ इहदे विच लुक्स दे करके इन्नी महंगी है डायमंड्स वगैरह करके। हुण वधदे आपां आपदी दूजे नंबर ते जिहड़ी घड़ी हुंदी आ उहदे वल। ते इह घड़ी बणाउंदी आ ग्राफ डायमंड्स। ये ग्राफ डायमंड सिर्फ प्रीमियम घड़ियाँ बनाऊँदियाँ, बहुत ही ज़्यादा महंगी घड़ियाँ, तो यह लिमिटेड बनाऊँदियाँ, बहुत ही घट स्टॉक बनाऊँदियाँ, भी कोई कोई जाना खरीदता इन्हों घड़ियाँ। एक घड़ी का प्राइस है इंटरनेशनली $40 million, $40 million किसी कंपनी बहुत औखी होकर बनाऊँदी है, कोई $40 million तो एक घड़ी की प्राइस ही इन्ना। जे आप इन इंडियन करंसी के कन्वर्ट करिए तकरीबन बन जाती है 303 करोड़ रुपए, 303 करोड़ रुपए कि वही रकम होंगी है। तो एक घड़ी वास्ते बहुत ही ज़्यादा रकम आ, तो सोच के वेखो तो 303 करोड़ रुपए का की कुछ बन जाता सिर्फ। तो ये लोग कई एक घड़ी बनते इन्ने रुपए की, तो बहुत ही हैरानी वाली गल। पहले नंबर पर घड़ी आती है, तुम ये प्राइस वेख के बहुत ही हैरान रह जाओगे। तो यह भी ग्राफ डायमंड्स वालों ही बनाई जाती है। इस घड़ी का नाम है ग्राफ डायमंड हलूसीनेशन। मैं ग्राफ डायमंड हलूसीनेशन घड़ी की कीमत इंटरनेशनली पहुँच जाती है $55 million, सोच के वेखो $55 million। जे आप इंडियन करंसी के कन्वर्ट करिए कीमत बन जाती है 416 करोड़ 32 लाख रुपए। इस टाइम जिन्ना भी डॉलर का रेट चल रहा है इंडियन रूपीज के, तो ओनी करंसी बन जाती है। ये सोच के देखो भी किन्ने प्राइस होंदा है घड़ियाँ का। ये जिहड़ी पहले नंबर पर घड़ी आती है ग्राफ डायमंड्स, ये सिर्फ थोड़ी जी घड़ियाँ बनाई नहीं भी बहुत सारी बनाई है, क्योंकि लैन वाले बहुत थोड़े होंगे, इन्नी कीमत कोई कोई अलग करता। तो इन घड़ियों के डायमंड लाए होंगे, प्रीमियम मैटल का यूज़ किया हों। तो यह जड़िया घड़िया तुम्हें 10 घड़िया बारे मैं दसिया, ये पूरे वर्ल्ड दिया सब नो महंगा घड़िया। तो ये घड़ियों सिर्फ कोई कोई बनता है, लिमिटेड स्टॉक के बनाई जाए, जो स्पैशल डिमांड पर बनाई जाए, कस्टमाइजेशन वास्ते बनाई जाए, जो बहुत घट डिमांड बनाई जाए, किसी तगड़े अमीर रिच बंद वालों पहनी जाए, कोई आम बंदा नहीं पहन सकता। इन्हों की कीमत ना कि लखा तो शुरू होंगी है, इन्हों की कीमत ही करोड़ों से शुरू होंगी है। तुम देख ही लिया होगा ये सारिया घड़िया मकैनिकल घड़ियाँ, तो ये कोई समार्ट चीज़ नहीं, कोई समार्ट थिंग नहीं, कोई समार्ट वॉच नहीं गी, तो यह सिर्फ सिंपल टाइम वेखने वास्ते यूज होंगी है, वो इस तो सिवाय ये कुछ नहीं। ये जिहड़ियां 10 घड़ियां जी तुहानूं मैं कीमत दसी आ, ये कीमत हुण जिहड़ा रेट चल रहा डॉलर का इंडिया दे विच, ते उस दे डिपेंड कीते, क्योंकि हुण कोरोना करके कीमत डॉलर उत्ते थले हो रहा, इंडिया दे विच प्राइस घट वध रही आ, इस करके हो सकता कि तुसीं सर्च करो कोई घड़ी तो तुहाडा प्राइस उत्ते नीवे होवे। ते इहदे विच मेरा कोई कसूर नहीं है, ये डॉलर उत्ते थले हुंदा जांदा, ते इह रोज़ घंटे दा घंटे दिन बाय दिन वधदा घटदा रहिंदा। इस करके जिस टाइम मैं वीडियो बना रहा उस समय घड़ी का प्राइस, इन्हां घड़ियां दा प्राइस इह आ, इस करके मैं नाल दी नाल नोट करके नाल दी नाल वीडियो शूट कर ली भी तुहानूं दस्सिया जावे नाल दी नाल भी किन्ना प्राइस आ। बाकी तुहानूं जे तुसीं इन्हां घड़ियां बारे होर जानकारी लैनी चाहुंदे हो तो तुसीं गूगल ते सर्च करके वेख सकदे हो, तुहानूं आसानी नाल लभ जाणगीआं। जे तुहानूं इह वीडियो पसंद आई तां वीडियो नूं लाइक करियो, कमेंट करियो वीडियो ते, मैनूं दस्सिओ मैं की इंप्रूवमेंट कर सकदा इहदे विच, ते की मेरे वीडियो तुहानूं चंगी लगी, जे चंगी लगी तां वी दस्सिओ, जे नहीं चंगी लगी तां वी जरूर दस्सिओ, ते सबसक्राइब कर दो मेरे चैनल नूं। जे कोई तुसीं मैनूं सजेशन देनी होवे तां तुसीं मैनूं कमेंट्स दे विच लिख सकदे हो, मैं उह जरूर इंप्रूव करन दी कोशिश करूंगा जिहड़ी मेरी कमी पेशी होवे। ते वीडियो वेखण वास्ते बहुत बहुत धन्नवाद, शुक्रिया।